ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖੁਸ਼ੀ ਹੈ ਕਿ ਸ਼ਾਹੀ ਸ਼ਹਿਨਸ਼ਾਹ ਬਾਦਸ਼ਾਹ ਦਰਵੇਸ਼ ਸਾਹਿਬ ਕਮਾਲ ਦੇਖ ਤੇ ਸ੍ਰੀ ਅਮਰ ਦੇ ਦਾਤੇ ਸਮਸਤ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ 350ਵਾਂ ਪ੍ਰਕਾਸ਼ ਪੁਰਬ ਸਾਰੇ ਦੁਨੀਆਂ ਵਿੱਚ ਪੂਰੇ ਵਿਸ਼ਵਾਸ ਸ਼ਰਧਾ ਸਤਿਕਾਰ ਜੋਸ਼ ਜਜ਼ਬੇ ਨਾਲ ਮਨਾਇਆ ਜਾ ਰਿਹਾ। ਇਹ ਸਾਰੇ ਵਿਸ਼ਵ ਪੱਧਰੀ ਜੋ ਸਮਾਗਮ ਨੇ ਉਹਨਾਂ ਦਾ ਕੇਂਦਰ ਬਿੰਦੂ ਹਿੰਦੁਸਤਾਨ ਦੀ ਰਿਆਸਤ ਸੂਬਾ ਬਿਹਾਰ ਦੀ ਰਾਜਧਾਨੀ ਤਖ਼ਤ ਹਰਿਮੰਦਰ ਜੀ ਸ੍ਰੀ ਪਟਨਾ ਸਾਹਿਬ ਵਿਖੇ ਹੈ। ਇਹਦੇ 'ਚ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਵੀ 5 ਤਾਰੀਖ 'ਤੇ ਜੋ ਵੱਡਾ ਸਮਾਗਮ ਸ਼ਾਮਿਲ ਹੋ ਰਹੇ ਨੇ, ਰਾਜਨਾਥ ਜੀ ਜੋ ਗ੍ਰਹਿ ਮੰਤਰੀ ਉਹ ਵੀ ਸ਼ਾਮਿਲ ਹੋ ਰਹੇ, ਕੇਂਦਰੀ ਮੰਤਰੀ ਉਹ ਵੀ ਸ਼ਾਮਿਲ ਹੋ ਰਹੇ ਨੇ, ਔਰ ਸੂਬਿਆਂ ਦੂਜਿਆਂ ਦੇ ਵੀ ਜਿਹੜੇ ਮੁੱਖ ਮੰਤਰੀ ਉਹ ਵੀ ਆ ਰਹੇ ਹਨ। ਖਾਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਮਾਨਯੋਗ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ, ਔਰ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਜਿਹੜਾ ਹਰਸਿਮਰਤ ਕੌਰ ਬਾਦਲ, ਸਾਰੇ ਪੂਰੀ ਸ਼ਰਧਾ ਨਾਲ ਇਸ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਆ ਰਹੇ ਨੇ। ਮੈਂ ਇਹ ਕਹਿਣਾ ਇੱਥੇ ਲਾਜ਼ਮੀ ਸਮਝਦਾ ਕਿ ਜੇ ਉਹ ਜੋ ਤੁਰੰਤ ਜੋ ਇੱਥੇ ਸੇਵਾ ਬਿਹਾਰ ਸਰਕਾਰ ਕਰ ਰਹੀ ਹੈ, ਇਸ ਪਾਰਟੀ ਸਰਕਾਰ ਕਰ ਰਹੀ ਹੈ, ਉਹਨਾਂ ਦੀ ਜੋ ਟੀਮ ਹੈ ਸਰਦਾਰ ਕੰਗ ਸਾਹਿਬ, ਖਾਸ ਕਰਕੇ ਬੀਬੀ ਹਰਜੋਤ ਕੌਰ ਔਰ ਇਹਨਾਂ ਦੀ ਪ੍ਰਿੰਸੀਪਲ ਸੈਕਟਰੀ ਦੇ ਸੱਭਿਆਚਾਰ ਵਿਭਾਗ ਦੇ ਡੀ ਆਈ ਜੀ ਸ਼੍ਰੀ ਸ਼ਾਲਿਨ ਜੀ, ਅਤੇ ਇਹਨਾਂ ਨੇ ਤਾਂ ਦਿਨ ਰਾਤ ਕਰਕੇ ਬਹੁਤ ਹੀ ਇੱਕ ਸ਼ਰਧਾਲੂ ਵਾਂਗ ਇੱਕ ਸੇਵਾਦਾਰ ਵਾਂਗ ਪੂਰੀ ਡਿਵੋਸ਼ਨ ਨਾਲ ਪੂਰੀ ਡੈਡੀਕੇਸ਼ਨ ਨਾਲ ਇਸ ਸੇਵਾ ਦੇ ਵਿੱਚ ਆਪਣਾ ਯੋਗਦਾਨ ਪਾਇਆ, ਔਰ ਜਿੰਨੀ ਨਿਮਰਤਾ ਜਿੰਨੀ ਹਲੀਮੀ ਮੰਤਰੀ ਨਿਤੀਸ਼ ਕੁਮਾਰ ਜੀ ਔਰ ਉਹਦੀ ਸਾਰੀ ਟੀਮ ਵੱਲੋਂ ਦਿਖਾਈ ਜਾ ਰਹੀ ਹੈ, ਉਹ ਵੀ ਫਾਰ ਐਕਸੀਲੈਂਸ ਹੈ, ਯੂਨੀਕ ਹੈ, ਅਨਪੈਰਲਡ ਹੈ। ਮੈਂ ਸਮਝਦਾ ਸਾਰੇ ਸਿੱਖ ਜਗਤ ਲਈ ਨਹੀਂ, ਸਾਰੇ ਲੋਕਾਂ ਲਈ, ਸਾਰੇ ਦੇਸ਼ ਲਈ, ਸਾਰੀ ਦੁਨੀਆ ਲਈ ਇਹ ਇੱਕ ਬੜਾ ਵੱਡਾ ਸਬਕ ਹੈ, ਮਾਰਗਦਰਸ਼ਨ ਹੈ ਕਿ ਕਿਸ ਤਰ੍ਹਾਂ ਸਰਕਾਰਾਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਤਖ਼ਤ ਪਟਨਾ ਸਾਹਿਬ ਦੇ ਪ੍ਰਬੰਧਕ ਕਮੇਟੀ ਉਹਨਾਂ ਵੱਲੋਂ ਰਲ ਕੇ ਇਹ ਸਾਰਾ ਸਮਾਗਮ ਜਿਹੜਾ ਹੈ ਇੱਕ ਟੀਮ ਦੇ ਤੌਰ 'ਤੇ, ਪਰਿਵਾਰ ਦੇ ਤੌਰ 'ਤੇ, ਪੰਥ ਜਿਹੜੇ ਬੰਦਿਆਂ ਨੂੰ ਇਕੱਠੇ ਕਰਕੇ ਇੱਕ ਪੰਥ ਦੇ ਪ੍ਰੋਗਰਾਮ ਜਿਹੜਾ ਬਹੁਤ ਹੀ ਸਫਲਤਾਪੂਰਵਕ ਕਰਵਾਇਆ ਜਾ ਰਿਹਾ ਔਰ ਉਹਦੇ ਵਿੱਚ ਜੋ ਸਾਡੀ ਵਿਰਾਸਤੀ ਖੇਡ ਹੈ, ਜੋ ਸਿੱਖ ਸੱਭਿਆਚਾਰ ਹੈ, ਉਹਦੇ ਵਿੱਚ ਕਈ ਹੋਰ ਬਹੁਤ ਸਾਰੀਆਂ ਸਾਡੇ ਸਮਾਗਮ ਹੁੰਦੇ ਨੇ, ਉਹਦੇ ਵਿੱਚ ਜੋ ਛੇ ਪਾਤਸ਼ਾਹ ਦੀ ਬਖਸ਼ਿਸ਼ ਹੈ ਮੇਰੀ ਪੇਜ ਮਾਰਗ ਸ਼੍ਰੀ ਗੁਰੂ ਹਰਿਮੰਦਰ ਪਾਤਸ਼ਾਹ ਜੀ, ਔਰ ਜਿਸ ਨੂੰ ਨਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਸਿਖਰ 'ਤੇ ਪਹੁੰਚਾਇਆ, ਉਹ ਸਾਡਾ ਮਾਰਸ਼ਲ ਆਰਟ ਜਿਹਦਾ ਹਿੱਸਾ ਹੈ ਗੱਤਕਾ। ਗੱਤਕਾ ਅੱਜ ਸਾਰੀ ਦੁਨੀਆ ਵਿੱਚ ਬਹੁਤ ਚੰਗੀ ਤਰ੍ਹਾਂ ਪ੍ਰਫੁੱਲਿਤ ਹੋ ਗਿਆ, ਬਹੁਤ ਪਾਪੂਲਰ ਹੋ ਗਿਆ, ਬਹੁਤ ਹਰਮਨ ਪਿਆਰਾ ਹੋ ਗਿਆ, ਔਰ ਇਹਦੇ 'ਚ ਕੇਵਲ ਸਿੱਖ ਨਹੀਂ ਸਗੋਂ ਦੂਜੇ ਜਿਹੜੇ ਧਰਮਾਂ ਦੇ ਲੋਕ ਨੇ ਉਹ ਵੀ ਗੱਤਕੇ ਦੀ ਜਿਹੜੀ ਖੇਡ ਹੈ ਉਹ ਅਪਣਾ ਰਹੇ ਨੇ, ਭਗਵਾਨ ਸਿੰਘ ਉਹਦੇ ਨਾਲ ਅਤੇ ਉਹ ਗੱਤਕਾ ਅਪਣਾ ਕੇ ਸਿੱਖ ਕਲਚਰ ਬਾਰੇ ਵੀ ਉਹਨਾਂ ਨੂੰ ਪੂਰੀ ਜਾਣਕਾਰੀ ਮਿਲ ਰਹੀ ਹੈ, ਸਿੱਖ ਇਤਿਹਾਸ ਬਾਰੇ ਜਾਣਕਾਰੀ ਮਿਲ ਰਹੀ ਹੈ। ਔਰ ਅੱਜ ਇਸ ਸਮਾਗਮ ਵਿੱਚ ਸਾਡੇ ਬਹੁਤ ਹੀ ਪੁਰਾਣੇ, ਬਹੁਤ ਹੀ ਸਮਰਪਿਤ ਸਰਦਾਰ ਮਨਮੋਹਨ ਸਿੰਘ ਜੀ ਬਾਪੂ ਵਾਲੀ ਹੈ, ਜਿਨ੍ਹਾਂ ਦੇ ਦੇਖ ਰੇਖ ਗੱਤਕਾ ਦਾ ਜੋ ਸਮਾਗਮ ਹੈ ਇਹ ਕਰਵਾਇਆ ਗਿਆ, ਉਹ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਵਿੱਚ ਵੱਖ ਵੱਖ ਜ਼ਿਲ੍ਹਿਆਂ ਵਿੱਚ ਬੱਸਾਂ, ਕਾਲਜਾਂ, ਸਕੂਲਾਂ ਵਿੱਚ ਜਾ ਕੇ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਹੈ, ਬੱਚੇ ਬੱਚੀਆਂ ਤੁਹਾਨੂੰ ਇਸ ਪਾਸੇ ਤੋਰ ਕੇ ਇੱਕ ਬੜਾ ਜਿਹੜਾ ਯੋਗਦਾਨ ਪਾ ਰਹੇ ਨੇ। ਅੱਜ ਵੀ ਇੱਥੇ ਪਟਨਾ ਸਾਹਿਬ ਦੇ ਪਵਿੱਤਰ ਧਰਤੀ 'ਤੇ ਇਹਨਾਂ ਨੇ ਆਪਣੇ ਕਰਤੱਵ ਦੇ ਜਵਾਬ ਦਿਖਾਏ ਨੇ, ਜਿਹਦੇ ਨਾਲ ਜੋ ਦਰਸ਼ਕ ਸੀ ਉਹਨਾਂ ਨੂੰ ਮੰਤਰਮੂਲ ਕਰਤਾ ਔਰ ਉਹਨਾਂ ਨੂੰ ਅਹਿਸਾਸ ਕਰਾਤਾ ਕਿ ਖਾਲਸਾ ਪੰਥ ਦਾ ਜਿੱਥੇ ਯੋਗ ਯੁਗ ਸਿਧਾਂਤ ਜਿਹੜਾ ਵਿਰਾਸਤ ਜਿਹੜੀ ਹੈ ਵਿਰਸਾ ਉਹ ਮਹਾਨ ਹੈ, ਉੱਥੇ ਉਹਨਾਂ ਸੱਭਿਆਚਾਰ ਵੀ ਬਹੁਤ ਮਹਾਨ ਹੈ। ਮੈਂ ਸਰਦਾਰ ਮਨਮੋਹਨ ਸਿੰਘ ਬਾਬਾ ਵਾਲੀ ਦੀ ਸਾਰੀ ਟੀਮ ਦਾ ਹਾਰਦਿਕ ਧੰਨਵਾਦ ਵੀ ਕਰਦਾ ਔਰ ਅਰਦਾਸ ਕਰਦੇ ਹਾਂ ਪਾਤਸ਼ਾਹ ਇਹਨਾਂ ਸਾਰੀਆਂ ਜਿਹੜੀਆਂ ਸੰਸਥਾਵਾਂ ਨੇ, ਸੰਪੂਰਨਾਵਾਂ ਨੇ, ਹੋਰ ਵੱਲ ਦੀ ਬਖਸ਼ਿਸ਼ ਕਰੋ ਕਿ ਖਾਲਸਾ ਪੰਥ ਦੀ ਦੇਸ਼ ਦੀ ਕੌਮ ਦੀ ਬਹੁਤ ਸ਼ਕਤੀ ਨਾਲ ਸੋਝੀ ਨਾਲ ਇਹ ਸੇਵਾ ਕਰਦੇ ਰਹਿਣ। ਵਾਹਿਗੁਰੂ ਜੀ ਕਾ ਖਾਲਸਾ।